ਕੱਦ 7 ਫੁੱਟ 6 ਇੰਚ, ਵਜ਼ਨ 180 ਕਿਲੋ, ਨਾਮ ਜਗਦੀਪ ਸਿੰਘ। ਜੀ ਹਾਂ, ਇਹ ਜਵਾਨ ਹੈ ਪੰਜਾਬ ਪੁਲਿਸ ਦਾ, ਜਿਸ ਨੂੰ ਵੇਖ ਕੇ ਤੁਸੀਂ ਵੀ ਹੋ ਰਹੇ ਹੋਵੋਗੇ ਹੈਰਾਨ। 7 ਫੁੱਟ 6 ਇੰਚ ਦਾ ਉੱਚਾ ਕੱਦ ਅਤੇ 180 ਕਿਲੋ ਵਜਨੀ ਪੰਜਾਬ ਪੁਲਿਸ ਦਾ ਇਹ ਜਵਾਨ ਰੇਲਵੇ ਸਟੇਸ਼ਨ ਮਾਨਸਾ 'ਤੇ ਡਿਊਟੀ ਕਰਨ ਵੇਲੇ ਮਾਨਸਾ ਰੇਲਵੇ ਸਟੇਸ਼ਨ 'ਤੇ ਖਿੱਚ ਦਾ ਕੇਂਦਰ ਬਣਿਆ ਹੋਇਆ। ਕਰਫਿਊ ਲੱਗਾ ਹੋਣ ਕਾਰਨ ਬੇਸ਼ੱਕ ਜ਼ਿਆਦਾ ਲੋਕ ਸਿਪਾਹੀ ਜਗਦੀਪ ਸਿੰਘ ਨੂੰ ਨਹੀਂ ਮਿਲ ਸਕੇ, ਪਰ ਜਿਸ ਨੇ ਇਸ ਨੂੰ ਰੇਲਵੇ ਸਟੇਸ਼ਨ ਜਾਂ ਬਾਜ਼ਾਰ ਵਿੱਚ ਵੇਖਿਆ, ਉਸ ਲਈ ਜਗਦੀਪ ਸਿੰਘ ਖਿੱਚ ਦਾ ਕੇਂਦਰ ਬਣ ਗਿਆ। ਜਗਦੀਪ ਸਿੰਘ ਨੇ ਦੱਸਿਆ ਕਿ ਉਹ ਨੈਸ਼ਨਲ ਪੱਧਰ ਦਾ ਬਾਸਕਟਬਾਲ ਦਾ ਖਿਡਾਰੀ ਵੀ ਰਹਿ ਚੁੱਕਾ ਹੈ। ਜਗਦੀਪ ਸਿੰਘ ਨੇ ਅੱਗੇ ਦੱਸਿਆ ਕਿ ਇੰਨੇ ਵੱਡੇ ਕੱਦ ਕਾਠ ਨੂੰ ਮੈਂਟੇਨ ਰੱਖਣਾ ਕਾਫੀ ਮੁਸ਼ਕਿਲ ਹੈ। ਜਦੋਂ ਖੇਡਣ ਲਈ ਮਿਹਨਤ ਕਰਦੇ ਸੀ ਉਸ ਵੇਲੇ ਖੁਰਾਕ ਜ਼ਿਆਦਾ ਸੀ, ਪਰ ਹੁਣ ਤਾਂ ਸਿਰਫ ਸ਼ਾਕਾਹਾਰੀ ਖਾਣਾ ਹੀ ਉਸ ਦੀ ਪਹਿਲੀ ਪਸੰਦ ਹੈ। ਦੇਖੋ ਜੀ, ਬਹੁਤ ਜ਼ਿਆਦਾ ਏਡੀ ਹਾਈਟ ਨੂੰ ਮੇਨਟੇਨ ਰੱਖਣਾ, ਬੈਲੈਂਸ ਕਰਨਾ ਬਹੁਤ ਔਖਾ, ਜ਼ਿਆਦਾ ਮੁਸ਼ਕਿਲ ਹੈ ਜੀ। ਨਾ ਹਰ ਜਗ੍ਹਾ ਬੈੱਡ ਮਿਲੇਗਾ, ਨਾ ਟੋਇਲਟ ਮਿਲੇਗਾ, ਨਾ ਦਰਵਾਜ਼ੇ ਏਡੇ ਉੱਚੇ ਮਿਲਣਗੇ, ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ। ਖੁਰਾਕ ਮੈਂ ਬਿਲਕੁਲ ਵੈਜੀਟੇਰੀਅਨ ਹਾਂ ਜੀ, ਅਤੇ ਕੋਈ ਜ਼ਿਆਦਾ ਐਕਸਟਰਾ ਡਾਇਟ ਕੋਈ ਨਹੀਂ ਹੈ। ਜਦੋਂ ਮਿਹਨਤ ਕਰਦੇ ਸਾਂ ਡਾਇਟ, ਉਦੋਂ ਡਾਇਟ ਕਾਫੀ ਲੈ ਚੁੱਕੀ ਹੈ, ਪਰ ਹੁਣ ਨਹੀਂ, ਹੁਣ ਜੇ ਮਿਹਨਤ ਨਹੀਂ ਕਰਦੇ ਫਿਰ ਜ਼ਿਆਦਾ ਡਾਇਟ। ਪੰਜਾਬ ਪੁਲਿਸ ਦਾ ਇਹ ਜਵਾਨ ਹੁਣ ਫਿਲਮਾਂ ਵਿੱਚ ਕੰਮ ਕਰਨ ਬਾਰੇ ਵੀ ਸੋਚ ਰਿਹਾ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਗਦੀਪ ਸਿੰਘ ਇਸ ਤੋਂ ਪਹਿਲਾਂ ਵੀ 2 ਫਿਲਮਾਂ ਵਿੱਚ ਕੰਮ ਕਰ ਚੁੱਕਾ, ਜਿਸ ਬਾਰੇ ਉਸਨੇ ਸਾਡੀ ਟੀਮ ਨਾਲ ਵੀ ਗੱਲਬਾਤ ਕੀਤੀ। ਮੈਂ ਫਿਲਮਾਂ 'ਚ 2-3 'ਚ ਕੰਮ ਕਰ ਚੁੱਕਾ ਜੀ ਪਹਿਲਾਂ, ਅਤੇ ਹੁਣ ਫਿਰ ਹਿੰਦੀ ਫਿਲਮਾਂ 'ਚ 3-4 ਤਿਆਰ ਰਿਹਾ ਦੁਬਾਰਾ। ਅਗਾਂਹ ਦੀ ਪ੍ਰਾਪਤੀ ਤਾਂ ਜੀ ਇਹੋ ਹੀ ਹੈ ਜੀ ਅਜੇ ਤੱਕ, ਕਿਉਂਕਿ ਇੱਕ ਪੰਜਾਬ ਪੁਲਿਸ ਕਰਕੇ ਕਈ ਇਹੋ ਜਿਹੇ ਮੌਕੇ ਹੁੰਦੇ ਜਿਹੜੇ ਕਈ ਖੁੰਝ ਜਾਂਦੇ ਆ, ਮਤਲਬ ਪਰਮਿਸ਼ਨ ਨਹੀਂ ਮਿਲਦੀ ਕਿਸੇ ਦੇ ਫਿਲਮ ਦੇ ਵਿੱਚ ਕੰਮ ਕਰਨ ਲਈ, ਜਾਂ ਕਈ ਹੋਰ ਪ੍ਰੋਬਲਮ ਆ ਜਾਂਦੀਆਂ ਨੇ, ਅਤੇ ਅਗਾਂਹ ਤਾਂ ਇਹੀ ਹੈ ਜੀ ਕੋਈ ਨਾ ਕੋਈ ਫਿਲਮਾਂ ਦੇ ਵਿੱਚ ਜਾਣਦਾ ਹੀ ਹੈ ਜੀ ਜ਼ਿਆਦਾ। ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਿਆਂ ਜਗਦੀਪ ਨੇ ਕਿਹਾ ਕਿ ਮਾਤਾ ਪਿਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਦਲੀਪ ਸਿੰਘ ਭਾਵ ਗ੍ਰੇਟ ਖਲੀ ਤੋਂ ਵੀ ਵੱਧ ਕੱਦ ਅਤੇ ਵਜ਼ਨ ਰੱਖਣ ਵਾਲਾ ਸਿਪਾਹੀ ਜਗਦੀਪ ਸਿੰਘ ਇਸ ਨੂੰ ਪਰਮਾਤਮਾ ਦਾ ਦਿੱਤਾ ਹੋਇਆ ਤੋਹਫ਼ਾ ਮੰਨਦਾ ਹੈ। ਦੇਖੋ ਜੀ, ਆਹ ਇੱਕ ਗੋਡ ਗਿਫਟ ਆ, ਹਰ ਇੱਕ ਆਦਮੀ ਚਾਹੁੰਦਾ ਉਹਦੀ ਇੱਕ ਅਲੱਗ ਪਹਿਚਾਣ ਹੋਵੇ, ਔਰ ਇੱਧਰ ਵਾਹਿਗੁਰੂ ਨੇ ਇੱਕ ਅਲੱਗ ਹੀ ਪਹਿਚਾਣ ਬਣਾ ਦਿੱਤੀ, ਅਤੇ ਜਿਹਦੇ ਵੀ ਕਿਤੇ ਜਾਈਦਾ ਆ ਅਤੇ ਆਲਮੋਸਟ ਲੋਕ ਫੋਟੋਆਂ ਖਿਚਵਾਉਣ ਲਈ ਪਿੱਛੇ ਪਿੱਛੇ ਬਹੁਤ ਜ਼ਿਆਦਾ, ਮਤਲਬ ਕਿਸੇ ਦਾ ਇਰੀਟੇਟ ਹੋ ਜਾਈਦਾ ਆ ਕਿ ਲੋਕ ਇੰਨਾ ਤੰਗ ਕਰਦੇ ਆ, ਪਰ ਖੁਸ਼ੀ ਵੀ ਹੁੰਦੀ ਆ ਜਦੋਂ ਲੋਕ ਇੱਜ਼ਤ ਬਹੁਤ ਜ਼ਿਆਦਾ ਕਰਦੇ ਆ। ਬੇਸ਼ੱਕ ਜਗਦੀਪ ਸਿੰਘ ਇਸ ਨੂੰ ਪਰਮਾਤਮਾ ਦਾ ਦਿੱਤਾ ਤੋਹਫ਼ਾ ਮੰਨ ਰਿਹਾ, ਪਰ ਜਦੋਂ ਵੀ ਲੋਕ ਇਸ ਦਿੱਤੇ ਹੋਏ ਤੋਹਫ਼ੇ ਨੂੰ ਭਾਵ ਜਗਦੀਪ ਸਿੰਘ ਦੇ ਕੱਦ ਕਾਠ ਅਤੇ ਸਰੀਰ ਨੂੰ ਵੇਖਦੇ ਨੇ ਤਾਂ ਜ਼ਰੂਰ ਹੈਰਾਨ ਹੁੰਦੇ ਨੇ। ਸਪੋਕਸਮੈਨ ਟੀਵੀ ਦੇ ਲਈ ਮਾਨਸਾ ਤੋਂ ਕੁਲਜੀਤ ਸਿੰਘ ਸਿੱਧੂ ਦੀ ਰਿਪੋਰਟ।